ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਲੋਕ ਸਭਾ ਚੋਣਾਂ ਵੀ ਸੌਣ ਨਹੀਂ ਲਈ ਸਿਆਸੀ ਤੌਰ ਤੇ ਅਖਾੜਾ ਇਸ ਲਈ ਭਖਣਾ ਬਾਕੀ ਹੈ ਕਿਉਂਕਿ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਵੱਲੋਂ ਹਾਲੇ ਆਪਣੇ ਸਿਆਸੀ ਪਲਵਾਨ ਅਖਾੜੇ 'ਚ ਨਹੀਂ ਉਤਾਰੇਗੇ ਜਿਉਂ ਹੀ ਇਹ ਪਲਵਾਨ ਸਿਆਸੀ ਪੱਟਾਂ ਉੱਤੇ ਤੇਲ ਮਲ ਕੇ ਅਖਾੜੇ ਵਿੱਚ ਉਤਰਦੇ ਆ ਤਾਂ ਪੰਜਾਬ 'ਚ ਸਿਆਸੀ ਹਵਾਵਾਂ ਵਨਸਵਨੇ ਰੁਖ ਵਗਣ ਲੱਗੇਗੀ ਸਾਬਕਾ ਮੁੱਖ ਮੰਤਰੀ ਯਾਨੀ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਹੁਣ ਸਰਗਰਮ ਸਿਆਸਤ ਤੋਂ ਕਿਨਾਰਾ ਵਟਣ ਲੱਗੇ ਨੇ ਹੁਣ ਸੁਖਵੀਰ ਸਿੰਘ ਬਾਦਲ ਲਈ ਮੈਦਾਨ ਖੁੱਲਾ ਛੱਡ ਕੇ ਵੱਡੇ ਬਾਦਲ ਸਿਆਸੀ ਰਾਤੋਂ ਦੱਬੇ ਪੈਰ ਖਿਸਕਣ ਲੱਗੇ ਨੇ ਹਾਲਾਂਕਿ ਵੱਡੇ ਬਾਦਲ ਨੇ ਇੰਨੀ ਵੱਡੀ ਉਮਰ ਦੇ ਬਾਵਜੂਦ ਸਿਆਸਤ ਤੋਂ ਸੰन्यास ਲੈਣ ਦਾ ਹਾਲੇ ਕੋਈ ਰਸਮੀ ਐਲਾਨ ਨਹੀਂ ਕੀਤਾ ਪਰੰਤੂ ਸਿਆਸੀ ਹਲਕਿਆਂ 'ਚ ਬਾਦਲ ਦੀ ਚੁੱਪ ਦੇ ਚਰਚੇ ਨੇ ਐਟਕਨ ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਵੱਡੇ ਬਾਦਲ ਦੇ ਸਿਆਸੀ ਹਾਵ ਭਾਵ 'ਚ ਕੋਈ ਚੁਸਤੀ ਦੇਖਣ ਨੂੰ ਨਹੀਂ ਮਿਲੀ ਵੱਡੇ ਬਾਦਲ ਦਾ ਚੋਣਾਂ ਦੇ ਦਿਨਾਂ ਚਾਪ ਪਿੰਡ ਬਾਦਲ ਵਿੱਚ ਘਰੇ ਟਿਕ ਕੇ ਬੈਠਣਾ ਸਹਿਜ ਨਹੀਂ ਵਿਰਵੇ ਮਿਲੇ ਆ ਕਿ ਵੱਡੇ ਬਾਦਲ ਪਿੰਡ ਬਾਦਲ ਤੋਂ ਬਾਲਾਸਰ ਹਰਿਆਣਾ ਚਲੇ ਗਏ ਪਿਛਲੇ ਕੁਝ ਹਫ਼ਤੇ ਤੋਂ ਵੱਡੇ ਬਾਦਲ ਖੇਤੀ ਤੇ ਘਰੇਲੂ ਕੰਮਾਂ ਚ ਜ਼ਿਆਦਾ ਰੁਚੀ ਦਿਖਾ ਰਹੇ ਨੇ ਸੂਤਰਾਂ ਅਨੁਸਾਰ ਵੱਡੇ ਬਾਦਲ ਨੇ ਹੁਣ ਇਹ ਗੁਜਰਾਤ ਤੋਂ ਚੰਗੀ ਨਸਲ ਦੀਆਂ ਸੱਤ ਗਊਆਂ ਮੰਗਵਾਈਆਂ ਜਿਨ੍ਹਾਂ ਦਾ ਦੁੱਧ ਸਿਹਤ ਲਈ ਕਾਫੀ ਲਾਹੇਵੰਦ ਦੱਸਿਆ ਜਾਂਦਾ ਹੈ ਵੱਡੇ ਬਾਦਲ ਨੇ ਹੁਣ ਤਾਂ ਹਲਕਾ ਲੰਬੀ ਵਿੱਚ ਆਪਣੀ ਸਿਆਸੀ ਸਰਗਰਮੀ ਕਾਫੀ ਘਟਾ ਦਿੱਤੀ ਹੈ ਸਿਰਫ ਵਿਆਹਾਂ ਤੇ ਭੋਗਾਂ ਤੇ ਅਫਸੋਸ ਕਰਨ ਲਈ ਖਾਸ ਕਰਕੇ ਜਾਂਦੇ ਨੇ ਪਿੰਡ ਬਾਲਾਸਰ ਦੇ ਸਰਪੰਚ ਨੇ ਦੱਸਿਆ ਕਿ ਵੱਡੇ ਬਾਦਲ ਹਾਲੇ ਕੱਲ ਹੀ ਫਾਰਮ ਹਾਊਸ ਪੁੱਜਿਆ ਉਹ ਖੇਤਾਂ ਦਾ ਢੇੜਾ ਜ਼ਰੂਰ ਲਾਉਂਦੇ ਆ ਸੂਤਰਦਾਸ ਤੇ ਆ ਕਿ ਪਿਛਲੇ ਦਿਨਾਂ ਚ ਵੱਡੇ ਬਾਦਲ ਦਾ ਵਜ਼ਨ ਵੱਧ ਗਿਆ ਹੈ ਜਿਸ ਤੋਂ ਡਾਕਟਰਾਂ ਨੇ ਸੁਚੇਤ ਕੀਤਾ ਹੈ ਵਿਰੋਧੀ ਸਿਆਸੀ ਸ਼ਗੂਫੇ ਛੱਡ ਰਿਹਾ ਕਿ ਵੱਡੇ ਬਾਦਲ ਹੁਣ ਪੰਜਾਬ ਦਾ ਰਾਉਂ ਸਮਝ ਗਏ ਆ ਜਿਸ ਕਰਕੇ ਉਹ ਪਾਸਾ ਵਟ ਗਿਆ ਪਤਾ ਲੱਗਾ ਕਿ ਸਮੁੱਚੀ ਇਕਾਲੀ ਲੀਡਰਸ਼ਿਪ ਹੁਣ ਸੁਖਵੀਰ ਬਾਦਲ ਦੀ ਛਾਂ ਹੇਠ ਆ ਗਈ ਹੈ ਤੇ ਵੱਡੇ ਬਾਦਲ ਨੇ ਵੀ ਸੁਖਵੀਰ ਦਾ ਘੇਰਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ ਵੱਡੇ ਬਾਦਲ ਨੇ ਤਾਂ ਟਕਸਾਲੀਆਂ ਦੇ ਰੁਸਨ ਮਗਰੋਂ ਵੀ ਬਹੁਤੀ ਫੁਰਤੀ ਨਹੀਂ ਦਿਖਾਈ ਸੀ ਅਕਸਰ ਇਹ ਕਿਹਾ ਜਾਂਦਾ ਕਿ ਚੋਣਾਂ ਦਾ ਬਿਗਲ ਵੱਜਣ ਨਾਲ ਵੱਡੇ ਬਾਦਲ ਨੂੰ ਚੜ ਚੜ ਜਾਂਦਾ ਹੈ ਪਰੰਤੂ ਅੱਤ ਕੀ ਐਦਾਂ ਦਾ ਕੁਝ ਵੀ ਨਹੀਂ ਜਾਪ ਰਹਾ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਦਾ ਇਸ ਨੂਟ੍ਰੰਟ ਸੋ ਗ੍ਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਤੇ ਤੁਹਾਨੂੰ ਲੋਕ ਸਭਾ ਚੋਣਾਂ ਦੇ ਰੰਗ ਵਿਖਾਉਂਦਿਆਂ ਸਿਆਸੀ ਗਲੀਆਂ ਤੇ ਗਲਿਆਰੀਆਂ ਚ ਕਮਾਉਂਦੇ ਆ ਲੋਕ ਸਭਾ ਚੋਣਾਂ 2019 ਦੇ ਵਨਸਵਨੇ ਰੰਗ ਇਸ ਪ੍ਰਕਾਰ ਬਿਹਾਰ ਚ ਮਹਾਗਟ ਚੋੜ ਵੱਲੋਂ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਗਿਆ 20 ਸੀਟਾਂ ਉਤੇ ਆਰ ਜੀ ਡੀ ਚੋਣਾਂ ਲੜੇਗੀ 9 ਸੀਟਾਂ ਉਤੇ ਆਰ ਐਲ ਪੀ ਸੀ ਚੋਣਾਂ ਲੜੇਗੀ 5 ਉਤੇ ਐਚ ਏ ਐਮ ਨੇ ਚੋਣਾਂ ਲੜਨੀਆਂ ਨੇ ਸ਼ਰਦ ਯਾਦਵ ਆਰ ਜੀ ਡੀ ਦੇ ਚੋਣ ਨਿਸ਼ਾਨ ਉਤੇ ਆਪਣੀ ਕਿਸਮਤ ਅਜ਼ਮਾਉਣਗੇ ਛਤਰੂ ਗਨਸਿਨ ਹਾਦ 70 ਕੱਟਿਆ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਾਂਗਰਸ ਪੂਰੇ ਪੰਜਾਬ ਅੰਦਰ ਐਸੇ ਹਫਤੇ ਤੋਂ ਆਪਣੀਆਂ ਸਰਗਰਮੀਆਂ ਵਧ ਦੇਵੇਗੀ ਜਾਖੜ ਨੇ ਕੁਝ ਹਲਕਿਆਂ ਵਿੱਚ ਚਾਹ ਬਾਰਮੀਤਪਰਾ ਨਾਲ ਰਾਬਤਾ ਵੀ ਕੀਤਾ ਗੁਰਦਾਸਪੁਰ ਤੋਂ ਖਬਰ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਗੁਰਦਾਸਪੁਰ ਤੋਂ ਭਾਜਪਾ ਦਾ ਉਮੀਦਵਾਰ ਤੈਅ ਕਰਨ ਲਈ ਭਾਜਪਾ ਦੀ ਸੂਬਾ ਚੋਣ ਕਮੇਟੀ ਵੱਲੋਂ ਕੇਂਦਰੀ ਚੋਣ ਕਮੇਟੀ ਨੂੰ ਅੰਤਮ ਫੈਸਲੇ ਲਈ ਪੇਂਜੀ 5 ਨਾਵਾਂ ਦੀ ਸੂਚੀ 'ਚ ਮੁੰਬਈ ਦੇ ਕਾਰੋਬਾਰੀ ਸਵਰਨ ਸਲਾਰੀਆ ਦਾ ਨਾਂ ਗੁੰਮ ਗਿਆ ਹੈ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਤਾ ਖੰਨਾ ਤੇ ਪੁੱਤਰ ਅਕਸ਼ੇ ਖੰਨਾ ਦਾ ਨਾਂ ਸਭ ਤੋਂ ਉੱਪਰ ਦੱਸਿਆ ਜਾ ਰਿਹਾ ਹੈ ਮੋਗਾ ਵਿੱਚ ਹੋਈ ਸੀ ਰਾਹੁਲ ਗਾਂਧੀ ਦੀ ਪਿਛਲੇ ਦਿਨੀ ਰੈਲੀ ਜਿਸ ਕਰਕੇ ਲੋਕ ਸਭਾ ਚੋਣਾਂ ਲਈ ਬਿਗਲ ਵਜਣ ਵਾਲੀ ਸੂਬੇ ਦੀ ਹਾਕਮ ਤਿਰ ਕਾਂਗਰਸ ਨੇ ਪਿਛਲੇ ਕੁਝ ਦਿਨਾਂ ਤੋਂ ਸ਼ਾਂਤ ਰਹਿਣ ਮਗਰੋਂ ਇਸ ਹਫਤੇ ਚੋਣ ਸਰਗਰਮੀਆਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਫਾਈਨਲ ਨਾ ਹੋਣ ਕਰਕੇ ਚੋਣ ਸਰਗਰਮੀਆਂ ਸ਼ੁਰੂ ਨਹੀਂ ਹੋ ਸਕੀਆਂ ਪਰ ਕੁਝ ਉਮੀਦਵਾਰ ਆਪਣੇ ਤੌਰ ਤੇ ਸਰਗਰਮੀਆਂ ਕਰ ਰਹੇ ਨੇ ਪੰਜਾਬ ਦੀਆਂ ਕੁਝ ਪੰਥਕ ਧਰਾਂ ਦੇ ਨੁਮਾਇੰਦਿਆਂ ਨੇ ਲੋਕ ਸਭਾ ਚੋਣਾਂ ਵਿੱਚ ਪਰਮੀ ਸ਼ਮੂਲਿਤ ਕਰਨ ਲਈ ਇੱਕ ਸਾਂਝਾ ਪਲੇਟਫਾਰਮ ਪੰਜਾਬ ਬਚਾਓ ਮੋਰਚਾ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ ਪੰਥਕ ਧਰਾਂ ਨੇ ਇਹ ਫੈਸਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਨ ਸੈਕਟਰ 28 ਚੰਡੀਗੜ੍ਹ ਵਿਖੇ ਲੰਮੀ ਵਿਚਾਰਪਟਾਂ ਦਾ ਤੋਂ ਮਗਰੋਂ ਕੀਤਾ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਮੈਂ ਤਾਂ ਮੰਨਾਂ ਜੇ ਬੀਬੀ ਹਰਸ਼ੀਮਤ ਕੌਰ ਬਾਦਲ ਮੇਰੇ ਬਰਾਬਰ ਆ ਕੇ ਸੰਗਰੂਰ ਤੋਂ ਚੋਣਾਂ ਲੜੇ ਪੰਜਾਬ ਚ ਬਿਜਲੀ ਦਰਾਂ ਲੋਕ ਸਭਾ ਚੋਣਾਂ ਤੱਕ ਚੱਲੂ ਬੀਤੀ ਵਰੇ ਵਾਲੀਆਂ ਹੀ ਲਾਗੂ ਰਹਿਣਗੀਆਂ ਪੰਜਾਬ ਰਾਜ ਬਿਜਲੀ ਰੈਗੂਲੈਟਰੀ ਕਮਿਸ਼ਨ ਨੇ ਇਹ ਫੈਸਲਾ ਚੋਣਾਂ ਦੇ ਸੰਦਰਭ ਚਾਦਰਸ਼ ਚੋਣ ਜਾਬਤੇ ਕਾਰਨ ਕੀਤਾ ਹੈ ਰੈਗੂਲੈਟਰੀ ਕਮਿਸ਼ਨ ਨੇ ਚੋਣਾਂ ਤੱਕ ਦਰਾਂ ਚ ਬਦਲਾਅ ਨਾ ਕਰਨ ਦੇ ਫੈਸਲੇ ਤੋਂ ਪਾਵਰ ਕਾਮ ਨੂੰ ਜਾਣੂ ਕਰਵਾ ਦਿੱਤਾ ਹੈ ਪੰਜਾਬ ਸਰਕਾਰ ਨੇ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੰਡੀਆਂ ਚ ਕਣਕ ਦੀ ਖਰੀਦ ਪ੍ਰਭਾਵਤ ਹੋਣ ਤੋਂ ਬਚਾਉਣ ਵਾਸਤੇ ਸਬਾਈ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀ ਨਾ ਲਾਉਣ ਦਾ ਫੈਸਲਾ ਕੀਤਾ ਹੈ ਪੰਜਾਬ ਡੈਰੀ on Facebook ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਕੇਂਦਰੀ ਮੰਤਰੀ ਹਾਸ਼ਮਤ ਕੌਰ ਬਾਦਲ ਤੇ ਪੰਜਾਬ ਦੇ ਸਿਹਤ ਮੰਤਰੀ ਬਰਮਿੰਦਰਾ ਬਠਿੰਡਾ ਐਮਐਸ ਪ੍ਰੋਜੈਕਟ ਦੇ ਮਾਮਲੇ ਤੇ ਆ ਮੋਸਾ ਮਨੇ ਆ ਗਏ ਆ ਕੇਂਦਰੀ ਮੰਤਰੀ ਹਾਸ਼ਮਤ ਕੌਰ ਬਾਦਲ ਨੇ ਐਮਐਸ ਦੇ ਮਾਮਲੇ 'ਚ ਸਿੱਧੇ ਤੌਰ ਤੇ ਸਿਹਤ ਮੰਤਰੀ ਬਰਮਿੰਦਰਾ ਨੂੰ ਨਿਸ਼ਾਨੇ ਤੇ ਰੱਖਿਆ ਜਿਨ੍ਹਾਂ ਦੇ ਲੜਕੇ ਮੋਹਤਮਿੰਦਰਾ ਨੇ ਬਠਿੰਡਾ ਲੋਕ ਸਭਾ ਹਲਕਾ ਤੋਂ ਚੋਣ ਲੜਨ ਦੇ ਖਾਸੇ ਚਰਚੇ ਆ ਇਸ ਮੌਕੇ ਮਸਜ ਦੇ ਬੁਦੇ ਤੇ ਵੀ ਇਹ ਨਵੀਂ ਸਿਆਸਤ ਖੜੀ ਹੋ ਗਈ ਆ ਜਦ ਕਿ ਕੇਂਦਰੀ ਮੰਤਰੀ ਐਮਐਸ ਦੇ ਰਾ ਵਿੱਚ ਕਪਤਾਨੀ ਅੜੇਕਿਆਂ ਦੀ ਗੱਲ ਪਹਿਲਾਂ ਤੋਂ ਹੀ ਕਰਦੇ ਆ ਰਹੇ ਨੇ ਨਵੀਂ ਦਿੱਲੀ ਤੋਂ ਰਿਪੋਰਟ ਆਈ ਹੈ ਚੋਣ ਕਮਿਸ਼ਨ ਨੇ ਦੇਸ਼ ਦੇ ਸਾਰੇ ਨੇਤਰਹੀਣ ਵੋਟਰਾਂ ਨੂੰ 11 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਬ੍ਰੇਲ ਲਿਪੀ ਵਾਲੇ ਫੋਟੋ ਲੱਗੇ ಮತਤਾ ਪਛਾਣ ਪੱਤਰ ਜਿਹਨੂੰ EPIC ਕਹਿੰਦੇ ਆ ਉਹ ਦੇਣ ਦਾ ਫੈਸਲਾ ਕੀਤਾ ਹੈ ਪੰਜਾਬ ਚ ਸੰਸਦੀ ਜਨਵਦਨ ਸਭਾ ਦੀਆਂ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਤੇ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਵੱਧ ਜਾਂਦੀ ਹੈ ਅਪਰਾਧਾਂ ਵਿੱਚ ਕਮੀ ਆ ਜਾਂਦੀ ਹੈ ਇਸ ਦਾ ਸਬੂਤ ਤਾਜ਼ਾ ਜ਼ਾਬਤੇ ਦੌਰਾਨ ਦੇਖਿਆ ਜਾ ਸਕਦਾ ਹੈ ਸੂਤਰਾਂ ਅਨੁਸਾਰ ਮਕਸਰ ਦੇ ਜਲੰਧਰ ਦਿਹਾਤੀ ਜ਼ਿਲ੍ਹਿਆਂ ਦੇ ਐਸਐਸਪੀ ਸਮੇਤ ਕਈ ਪੁਲਿਸ ਅਫਸਰਾਂ ਦੇ ਤਬਾਦਲੇ ਕਰਨਾ ਵੀ ਕਮਿਸ਼ਨ ਦੇ ਏਜੰਡੇ ਤੇ ਆ ਗਿਆ ਹੈ ਕਮਿਸ਼ਨ ਵੱਲੋਂ ਪੁਲਿਸ ਅਫਸਰਾਂ ਦੀਆਂ ਗਤੀਵਿਧੀਆਂ ਦੀ ਰਿਪੋਰਟ ਲਈ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਪਿਛਲੇ 11 ਦਿਨਾਂ ਦੌਰਾਨ 3 ਗਏ ਇਸੇ ਤਰ੍ਹਾਂ 171 ਵਸਤਾਂ ਅਸਲੇ ਜਾਂ ਗੋਲੀ ਸਿੱਕੇ ਨਾਲ ਸੰਬੰਧਿਤ ਵੀ ਫੜੀਆਂ ਗਈਆਂ ਨੇ ਅੱਜ ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੀ 36 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਐ ਇਸ ਵਿੱਚ ਆਂਧਰਾ ਪ੍ਰਦੇਸ਼ ਦੀਆਂ 23 ਤੇ ਮਹਾਰਾਸ਼ਟਰ ਦੀਆਂ 6 ਉੜੀਸਾ ਦੀਆਂ 5 ਮਹਾਰਾਸ਼ਟਰੀ ਦੀ 1 ਤੇ ਅਸਾਮ ਦੀ 1 ਇੱਕ ਸੀਟ ਸ਼ਾਮਲ ਨੇ ਪੰਜਾਬ ਚ ਅਕਾਲੀ ਦਲ ਬਾਦਲ ਨਾਲ ਨਾਤਾ ਨੇੜਤਾ ਹੋਣ ਕਾਰਨ ਭਾਜਪਾ ਫੂਕ ਫੂਕ ਕੇ ਕਦਮ ਚੁੱਕ ਰਹੀ ਐ ਤੇ ਬਾਦਲ ਸਮੇਤ ਪਾਰਟੀ ਪ੍ਰਧਾਨ ਤੇ ਆਪਣੀ ਪਾਰਟੀ ਦੇ ਉੱਚ ਨੇਤਾਵਾਂ ਨਾਲ ਮਾਮਲਾ ਵਿਚਾਰਨ ਤੋਂ ਬਾਅਦ ਭਾਜਪਾ ਆਪਣੇ ਪੰਜਾਬ ਚ ਪੱਤੇ ਖੋਲੇਗੀ ਲੁਧਿਆਣਾ ਤੋਂ ਖਬਰ ਲੁਧਿਆਣਾ ਪੁਲਿਸ ਨੇ ਸਾਲ 2014 ਤੋਂ 2018 ਤੱਕ ਦੇ ਅਰਸੇ ਦੌਰਾਨ ਫਰਜੀ ਦਸਤਾਵੇਜ਼ਾਂ ਦੇ ਸਹਾਰੇ ਭਾਰਤੀ ਫੌਜ ਵਿੱਚ ਭਰਤੀ ਹੋਣ ਵਾਲੇ 30 ਮੁੰਡਿਆਂ ਖਿਲਾਫ ਕੇਸ ਦਰਜ ਕੀਤਾ ਹੈ ਇਸ ਡਾਇਰੈਕਟਰ ਰਿਕਰੂਟਿੰਗ ਕਰਨਲ ਵਿਸ਼ਾਲ ਦੂਬੇ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ ਪੁਲਿਸ ਪੰਜਾਬ ਦੀ ਪਾਲ ਚ ਲੱਗ ਗਈ ਹੈ ਕਰਨਲ ਦੂਬੇ ਦਾ ਕਹਿਣਾ ਹੈ ਕਿ 30 ਨੌਜਵਾਨ ਸਾਲ 2014 ਤੋਂ 18 ਦੇ ਅਰਸੇ ਦੌਰਾਨ ਫਰਜੀ ਦਸਤਾਵੇਜ਼ਾਂ ਦੇ ਆਸਰੇ ਸਥਾਨਕ ਦਫ਼ਤਰ ਰਾਹੀਂ ਭਰਤੀ ਹੋਏ ਪੰਜਾਬ ਦੇ ਰੈਣਾ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਦੀ ਸੇਵਾ ਭੁਗਤੀ ਮਗਰੋਂ ਉਹਨਾਂ ਨੂੰ ਅੱਗੇ ਕੰਮ ਉਤੇ ਰੱਖਣ ਦੀ ਨੀਤੀ ਤੇ ਸਵਾਲ ਉਠਾ ਦਿੱਤੇ ਹੈ। ਹਾਈ ਕੋਰਟ ਨੇ ਇਸ ਕਦਮ ਦੇ ਮੂਲ ਕਾਰਨਾਂ ਉਤੇ ਸਵਾਲ ਉਠਾਉਂਦਿਆਂ ਪੰਜਾਬ ਸਰਕਾਰ ਨੂੰ ਹਫ਼ਤੇ ਦੇ ਅੰਦਰ-ਅੰਦਰ ਸਫਾਈ ਪੇਸ਼ ਕਰਨ ਲਈ ਕਿਹਾ। ਬੈਂਚ ਨੇ ਸੂਬਾ ਸਰਕਾਰ ਨੂੰ ਇਹ ਵੀ ਸਪਸ਼ਟ ਕਰਨ ਲਈ ਕਿਹਾ ਹੈ ਕਿ ਪੰਜਾਬ ਸਿਵਲ ਸਰਵਿਸ ਨਿਯਮ 2012 ਦੀ ਕੀਤੀ ਗਈ ਸੋਧ ਨਾਲ ਕੀ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਜਸਰ ਰਾਜਨ ਗੁਪਤਾ ਵੱਲੋਂ ਮੁਲਾਜ਼ਮ ਸਰ ਰنجੀਤ ਕੌਰ ਤੇ ਹੋਰ ਨਾਂ ਵੱਲੋਂ ਦਾਖਲ ਪਟੀਸ਼ਨ ਤੇ ਸੁਣਵਾਈ ਦੌਰਾਨ ਇਹ ਸਵਾਲ ਉਠਾਏ ਗਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਣ ਤੋਂ ਪਹਿਲਾਂ ਹੱਥ ਵਿੱਚ ਗੁਟਕਾ ਫੜ ਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਪੂਰੇ ਪੰਜਾਬ ਚੋਂ ਨਸ਼ਾ ਖਤਮ ਕਰ ਦੇਣ ਦੀ ਖਾਦੀ ਸੋ ਅਜੇ ਕਿਸੇ ਤਣਪੱਤਣ ਨਹੀਂ ਲੱਗਦੀ ਦਿਸ ਰਹੀ ਪੰਜਾਬ ਦੇ ਵੱਖ-ਵੱਖ ਖੇਤਿਆਂ ਵਿੱਚੋਂ ਨਸ਼ੇ ਦੀ ਵਧੇਰੇ ਡੋਸ ਲੈ ਨਾਲ ਪਵਤਾਂ ਤੇ ਕਿਤੇ ਨਸ਼ੇ ਦੀ ਫੜਾਫੜਾਈ ਦੀਆਂ ਖਬਰਾਂ ਚ ਕੋਈ ਕبھی ਨਹੀਂ ਪੰਜਾਬ ਚ ਨਸ਼ਿਆਂ ਨੂੰ ਠੱਲ ਪਾਉਣ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਐਸਟੀਐਫ ਦੀ ਮੁਖੀ ਏਡੀਜੀਪੀ ਗੁਰਪ੍ਰੀਤ ਕੌਰ ਦੇਵ ਦਾ ਕਹਿਣਾ ਹੈ ਕਿ ਪੰਜਾਬ ਚੋਂ ਨਸ਼ੇ ਅਜੇ ਖਤਮ ਨਹੀਂ ਹੋਏ ਉਹਨਾਂ মিডিਆ ਨਾਲ ਗੱਲਬਾਤ ਕਰਦੇ ਆ ਕਿ ਪੰਜਾਬ ਚ ਉਹਨਾਂ ਸ਼ੇਕਰ ਤੋਂ ਤੱਕ ਖਤਮ ਹੋ ਜਾਣਗੇ ਇਸ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ ਕਿਉਂਕਿ ਇਹ ਸਮਾਜਿਕ ਤੇ ਆਰਥਿਕ ਸਮੱਸਿਆ ਨਾਲ ਜੁੜਿਆ ਮਾਮਲਾ ਹੈ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਬੱਚੇ ਮੋੜਸਤੇ ਆਦੀ ਹੋ ਜਾਂਦੇ ਨੇ ਗੁਰਪ੍ਰੀਤ ਕੌਰ ਦੇਵ ਨੇ ਕਿਹਾ ਕਿ ਨਸ਼ੇ ਦੇ ਵੱਡੇ ਸਮਗਲਾ ਨੂੰ ਫੜਨ ਲਈ ਪੁਲਿਸ ਨੂੰ ਮਸਤਿਹਤ ਹੋਣਾ ਪੈਣਾ ਹੈ ਜਿਲੰਦਰ ਦੇ ਪੀਐਪੀ ਵਿੱਚ ਐਨਡੀਪੀਐਸ ਐਕਟ ਤਹਿਤ ਪੁਲਿਸ ਅਫਸਰਾਂ ਨੂੰ ਸਿਖਲਾਈ ਦੇਣ ਲਈ ਉਹ ਪਹੁੰਚੇ ਹੋਏ ਸਨ ਏਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਪਲੋਂ ਨਸ਼ਾ ਸ਼ਮ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਨਸ਼ੇ ਦੇ ਕਾਰੋਬਾਰ ਚ ਲਿਪਟ 143 ਚੋਂ ਕਰੀਬ 90 ਫੀਸਦੀ ਨਸ਼ਾ ਤਸਕਰਾਂ ਜਿਨ੍ਹਾਂ ਪਾਸੋਂ 2 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਹਰਨ ਫੜੀ ਗਈ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾ ਚੁੱਕਾ ਹੈ ਧਾਰਮਿਕ ਜਗਤ ਨਾਲ ਜੁੜੀਆਂ ਖਬਰਾਂ ਅੰਮ੍ਰਿਤਸਰ ਸਾਹਿਬ ਤੋਂ ਖਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਪਾਕਿਸਤਾਨ ਚ ਵੱਡੇ ਪੱਧਰ ਤੇ ਮਨਾਉਣ ਤੇ ਇਸ ਸੰਬੰਧੀ ਲੜੀੰਦੇ ਪ੍ਰਬੰਧ ਕਰਨ ਦਾ ਕੰਮ ਫਿਲਹਾਲ ਮੱਠਾ ਚੱਲ ਰਿਹਾ ਹੈ ਜਦਕਿ ਗੁਰੂਦਵਾਰਾ ਕਰਤਾਰਪੁਰ ਲੰਗਾ ਸ਼ੁਰੂ ਕਰਨ ਸੰਬੰਧੀ ਪਾਕਿਸਤਾਨੀਆਂ ਚ ਖਾਸਾ ਉਤਸ਼ਾਹ ਹੈ ਇਹ ਖਲਾਸਾ ਪਾਕਿਸਤਾਨ ਦਾ ਦੌਰਾ ਕਰਕੇ ਪਰਤੇ ਸਿੱਖ ਵਫਦ ਦੇ ਬੈਂਬਰਾਂ ਨੇ ਕੀਤਾ ਹੈ ਇਹ ਸਿੱਖ ਵਫਦ ਲੈਦੇ ਪੰਜਾਬ ਦੇ ਗਵਰਨਰ ਦੇ ਸੱਦੇ ਤੇ ਬੀਤੇ ਦਿਨੀ ਪਾਕਿਸਤਾਨ ਗਏ ਸਨ ਹਰਨਾਨਪੁਰ ਸਾਹਿਬ ਤੋਂ ਖਬਰਾਂ ਸ਼੍ਰੀ ਤਖਤ ਕੇਸਗੜ੍ਹ ਸਾਹਿਬ ਵਿਖੇ 16 ਮਾਰਚ ਤੋਂ ਲੈ ਕੇ 22 ਮਾਰਚ ਤੱਕ 35 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ 16 ਮਾਰਚ ਤੋਂ ਸ਼ੁਰੂ ਹੋਏ ਹੋਲੇ ਮੱਲੇ ਦੌਰਾਨ ਜਿੱਥੇ ਸੰਗਤ ਦੀ ਭਰਵੀਂ ਆਮਦ ਰਹੀ ਉੱਥੇ ਇੱਕ ਹਫ਼ਤਾ ਪਹਿਲਾਂ ਤੇ ਆਉਂਦੇ ਦਿਨਾਂ 'ਚ ਸ਼ਰਧਾਲੂਆਂ ਦੀ ਆਮਦ 'ਚ ਕੋਈ ਕਮੀ ਨਹੀਂ ਆਈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ 16 ਮਾਰਚ ਤੋਂ ਲੈ ਕੇ ਚੱਲਿਆ ਹੋਲੇ ਮਹੱਲੇ ਖਾਲਸਾਈ ਜਾਓ ਜਲਾਨਲਸ ਮਤੋਇਆ ਹੋਲੇ ਮਹੱਲੇ ਦੇ ਅੰਤਮ ਦਿਨ ਨਿਆਂ ਸਿੰਘਾਂ ਦੀ ਸਰਮਾਰ ਜਥੇਦਾਰੀ ਜਥੇਬੰਦੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਨੇ ਮਹੱਲੇ ਦੀ ਰਮਤਾ ਦੀ ਅਰਦਾਸ ਕੀਤੀ ਔਰ ਜੇਕਾਰਿਆਂ ਦੀ ਗੂੰਜੇ ਹੇਠ ਗੁਰੂ ਦੀਆਂ ਲਾਡ ਦੀਆਂ ਫੌਜਾਂ ਨੇ ਮਹੱਲਾ ਕੱਢਿਆ ਜੋ ਗੁਰਦੁਆਰਾ ਸ਼ਹੀਦੀ ਬਾਗ ਤੋਂ ਰੰਭ ਹੋ ਕੇ ਗੁਰਦੁਆਰਾ ਮਾਤਾ ਜੀਤੋ ਜੀ ਅਗਮਪੁਰ ਤੋਂ ਹੁੰਦਾ ਹੋਇਆ ਇਤਿਹਾਸਕ ਚਰਨ ਗੰਗਾ ਸਟੇਡੀਅਮ ਚ ਪੂਜਾ ਗੁਰਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਮੂੱਚੀ ਕੌਮ ਨੂੰ ਇੱਕਜੁੱਟ ਕਰਨ ਦਾ ਸੱਦਾ ਦੇਣ ਲਈ ਸ਼੍ਰੋਮਣੀ ਕਮੇਟੀ ਖਾਲਸਾਪਨ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਮੌਕੇ ਨੰਗ ਸਿੰਘਾਂ ਨੂੰ ਵੱਖਰੇ ਤੌਰ ਤੇ ਮੰਨਲਾ ਕੱਢਣ ਤੋਂ ਰੋਕਣ ਦੀ ਬਜਾਏ ਆਪਣੇ ਕੁਰੰਬੇ ਨੂੰ ਇੱਕ ਝੰਡੇ ਹੇਠ ਲੈ ਕੇ ਆਉਣ ਚ ਬੁਰੀ ਤਰ੍ਹਾਂ ਨਕਾਮ ਰਹੀ ਕੇਸਕਰ ਸਾਹਿਬ ਤੋਂ ਸਚਾਇਆਗੇ ਮਹੱਲੇ ਵਿੱਚ ਪਹਿਲੀ ਵਾਰ ਬਾਕੀ ਸਾਰੇ ਤਖਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੈਰ ਹਾਜ਼ਰੀ ਨੇ ਪੰਥਕ ਸਫਾ ਚ ਨਵੀਂ ਚਰਚਾ ਛੇੜ ਦਿੱਤੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ਼੍ਰੀ ਕੇਸਕਰ ਸਾਹਿਬ ਤੋਂ ਸਚਾਈ ਕੇ ਮਹਲੇ ਦੀ ਗਵਾਹੀ ਸਿਰਫ ਇੱਕ ਹੀ ਜਥੇਦਾਰ ਨੇ ਕੀਤੀ ਇਸ ਮੌਕੇ ਥੋੜਾ ਸਮਾਂ ਕੱਢ ਕੇ ਪਹੁੰਚੇ ਸ਼੍ਰੀ ਕਾਲਤਖਤ ਸਾਹਿਬ ਦੇ ਜਥੇਦਾਰ ਮర్యాਦਾ ਤੌਰ 'ਤੇ ਤਖਤ ਕੇਸਕਰ ਸਾਹਿਬ ਕੋਲ ਗੁਲਾਲ ਖੇਡ ਕੇ ਸਬੋਧਨ ਕਰਨ ਉਪਰੰਤ ਚੱਲਦੇ ਬਣੇ ਇਸ ਦੀ ਚੁਫੇਰੀਆਂ ਨਿੰਦਾ ਕੀਤੀ ਗਈ ਹੈ ਪਿੰਡ ਕੀਵਿੰਡ ਤੋਂ ਖਬਰ ਖੇਮ ਕਰਨ ਨੇੜੇ ਪਿੰਡ ਬਹਿੰਦੀਪੁਰ ਦੇ ਗੁਰਦੁਆਰੇ ਦਮਦਸ਼ੀਸ਼ ਦਵਾਰ ਚੋਂ ਬੀਤੇ ਦਿਨੀ ਕਿਸੇ ਨੇ ਨੌ ਗੋਟਕਾ ਸਾਬ ਚੋਰੀ ਕਰ ਲਏ ਜਦੋਂ ਪ੍ਰਬੰਧਕਾਂ ਨੇ ਗੁਰਦੁਆਰੇ ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਪਤਾ ਲੱਗਿਆ ਪਿੰਡ ਦਾ ਹੀ ਇੱਕ ਨੌਜਵਾਨ ਗੁਟਕਾ ਸਾਬ ਚੋਰੀ ਕਰ ਲੈ ਗਿਆ ਰਾਜਪੁਰਾ ਤੋਂ ਖਬਰ ਮਾਰਕਸੀ ਕਮਿਊਨਿਸਟ ਆਗੂ ਤੇ ਸੀਪੀਐਮ ਦੇ ਸਾਬਕਾ ਸੁਭਾ ਸਕੱਤਰ ਪ੍ਰੈਸਰ ਬਲਵੰਤ ਸਿੰਘ ਦਾ ਧਿਆਨਤ ਹੋ ਗਿਆ 82 ਵਰਿਆਂ ਦੇ ਕਾਮਰੇਡ ਬਲਵੰਤ ਸਿੰਘ ਤਸੀਲ ਰਾਜਪੁਰਾ ਦੇ ਹਾਸ਼ਮਪੁਰ ਦੇ ਜੰਪਾਲ ਸਨ 1972 ਚ ਪਿੰਡ ਦੇ ਸਰਪੰਚ ਚੁਣੇ ਇਸ ਤੋਂ ਬਾਅਦ ਸਿਆਸੀ ਕੈਰੀਅਰ ਦੀ ਸ਼ੁਰੂਆਤ ਕੀਤੀ ਔਰ ਉਹ ਸੀਪੀਆਈਐਮ ਵੱਲੋਂ ਐਮਐਲਏ ਵੀ ਚੁਣੇ ਗਏ ਸਨ ਸਮਰਾਲਾ ਤੋਂ ਖਬਰ ਕਾਲਜੋਗੀ ਮਾਪਿਆਂ ਵੱਲੋਂ ਲਾਬਾਰਸ ਹਾਲਤ ਵਿੱਚ ਛੁੱਟੀ ਨਵ ਜੰਮੀ ਧੀ ਨੂੰ ਖੁੰਖਾਰ ਕੁੱਤਿਆਂ ਨੇ ਨੋਚ ਲਿਆ ਸ਼ਹਿਰ ਦੇ ਕੁਝ ਮੁੰਡਿਆਂ ਨੇ ਮੁਸ਼ਕਲ ਨਾਲ ਕੁੱਤਿਆਂ ਦੇ ਮੂੰਹ ਚ ਬੱਚੀ ਦੀ ਲਾਸ਼ ਛੁੜਵਾਈ ਜਾਣਕਾਰੀ ਅਨੁਸਾਰ ਸਮਰਾਲਾ ਦੇ ਮਿੰਨੀ ਬਾਈਪਾਸ ਉੱਪਰ ਕੁੱਤਿਆਂ ਦਾ ਚੁੰਡ ਇੱਕ ਨਵ ਜੰਮੇ ਬੱਚੇ ਨੂੰ ਮੂੰਹ ਵਿੱਚ ਚੁੱਕੀ ਸੜਕਾਂ ਤੇ ਘੁੰਮਦਾ ਦਿਖਾਈ ਦੇ ਰਿਹਾ ਸੀ ਜਦੀ ਵੀਡੀਓ ਵੀ ਸੋਸ਼ਲ ਸੈਟਾਂ ਤੇ ਧੜਾ ਧੜ ਵਾਇਰਲ ਹੋਈ ਹੈ ਜੋ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਦਾ ਸ਼ਹੀਦੀ ਦੇਹੜਾ ਪੂਰੇ ਮੁਲਕ ਵਿੱਚ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਬਣਾਇਆ ਗਿਆ ਵੱਖ-ਵੱਖ ਥਾਵਾਂ ਤੇ ਕਾਲਜਾਂ ਯੂਨੀਵਰਸਿਟੀਆਂ ਤੋਂ ਇਲਾਵਾ ਵੱਖ-ਵੱਖ ਕੌਮੀ ਜਥੇਬੰਦੀਆਂ ਨੇ ਜਿਹੜੀਆਂ ਗਾਵਾਦੂ ਲੋਕਪੱਖੀ ਜਥੇਬੰਦੀਆਂ ਉਹਨਾਂ ਨੇ ਸਮਾਗਮ ਕੀਤੇ ਸ਼ਹੀਦ ਭਗਤ ਸਿੰਘ ਦੀਆਂ ਸੋਸ਼ਲ ਸਾਈਟਾਂ ਦੇ ਉੱਤੇ ਧਾਰਨਾਵਾਂ ਤੇ ਵਿਚਾਰ ਤੇ ਨਾਲ ਦੇ ਨਾਲ ਤਸਵੀਰਾਂ ਵੀ ਲੋਕਾਂ ਨੇ ਅੱਜ ਸਾਂਝੀਆਂ ਕੀਤੀਆਂ ਨੇ ਭਗਤ ਸਿੰਘ ਜੀ ਦੇ ਕੀਦੀ ਦਸਤੇ ਸਾਡੀ ਸਾਰੀ ਸਮੂਚੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਪ੍ਰਗਟ ਕਰਨ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ 23 ਮਾਰਚ 2019 ਨੂੰ ਅੱਜ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਤੇ ਸਖਦੇਵ ਜੀ ਨੂੰ ਅਸੀਂ ਆਪਦੇ ਵੱਲੋਂ ਸ਼ਰਧਾਂਜਲੀ ਦੇ ਫੁੱਲ ਅਰਪਣ ਕਰਦੇ ਆਂ ਤੇ ਪੰਜਾਬ ਸਰਕਾਰ ਤੋਂ ਅਸੀਂ ਪੁਰਜ਼ੋਰੇ ਮੰਗ ਕਰਦੇ ਆਂ ਕਿ ਇਹਨਾਂ ਨੂੰ ਹਜੇ ਤੱਕ ਸ਼ਹੀਦ ਨਹੀਂ ਐਲਾਨਿਆ ਗਿਆ ਕਿਰਪਾ ਕਰਕੇ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਚੋਣਾਂ ਦੇ ਦਿਨ ਨੇ ਪਾਰਟੀਆਂ ਤੇ ਪੱਗਾਂ ਦੇ ਰੰਗ ਬਦਲਣ ਦੇ ਦਿਨ ਨੇ ਔਰ ਇਸ ਮੁੱਦੇ ਤੇ ਅਜਨਾਮਾ ਵਿੱਚ 30 ਮਾਰਖਾ ਕੀ ਕਹਿਣਾ ਚਾਹੁੰਦਾ ਆ ਉਹ ਤੁਹਾਨੂੰ ਸੁਣਾਈਏ 30 ਮਾਰਖਾ ਕਹਿੰਦਾ ਹੈ ਕਿ ਤੁਰ ਗਿਆ ਚਾਚੇ ਨੂੰ ਛੱਡ ਭਤੀਜ ਜਿਹੜਾ ਜੁੜਿਆ ਬਾਦਲ ਦੀ ਪਾਰਟੀ ਨਾਲ ਮਿੱਤਰ ਕਰਕੇ ਪਹਿਲਾਂ ਹਵੇਲੀ ਵਿੱਚ ਚੋਣ ਜਲਸਾ ਤੇ ਮਗਰੋਂ ਦਿੱਤੀ ਗਈ दारू ਪਿਆਲ ਮਿੱਤਰ ਲੱਗਿਆ ਹੋਇਆ ਸੀ ਜ਼ਾਬਤਾ ਚੋਣ ਵਾਲਾ ਇਹ ਵੀ ਰੱਖਿਆ ਬਹੁਤ ਖਿਆਲ ਮਿੱਤਰ ਚਾਹ ਦੇਆਂ ਕੱਪਾਂ ਦੇ ਵਿੱਚ ਸੀ ਪਾਈ ਦਾਰੂ ਚਾਹ ਦੇਆਂ ਕੱਪਾਂ ਦੇ ਵਿੱਚ ਸੀ ਪਾਈ ਦਾਰੂ ਚੱਲੀ ਸੁਸਤ ਗਈ ਬੜੀ ਸੀ ਚਾਲ ਮਿੱਤਰ ਬਣਨੋਂ ਰਿਹਾ ਨਾ ਕੇਸ ਜਿਹ ਆਜ਼ਾਬ ਤੇ ਦਾ ਬਣਨੋਂ ਰਿਹਾ ਨਾ ਕੇਸ ਜਿਹ ਆਜ਼ਾਬ ਤੇ ਦਾ ਅੰਦਰੋਂ ਖੇਡ ਗਿਆ ਕੋਈ ਹੈ ਦਾ ਮਿੱਤਰ ਬਣ ਗਿਆ ਕੇਸ ਜ਼ਮਾਨਤ ਦੀ ਦੌੜ ਲੱਗੀ ਹੋਇਆ ਚੌੜ ਚ ਪੱਟ ਚਾਹ ਮਿੱਤਰ ਬਣ ਗਿਆ ਕੇਸ ਜ਼ਮਾਨਤ ਦੀ ਦੌੜ ਲੱਗੀ ਹੋਇਆ ਚੌਰ ਚਪਟ ਪਿਆ ਚਾ ਮਿੱਤਰ ਇਹ ਅਜਨਾਮਾ ਵਿੱਚ 30 ਮਾਰਕਾਂ ਆਖਰੀ ਅਸੀਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਕਾਫੀ ਬੱਦਲਵਾਈ ਸੀ ਜੋ ਦਿਨ ਚੜ੍ਹਿਆ ਉਸ ਤੋਂ ਬਾਅਦ ਧੁੱਪ ਨਿਕਲਣੀ ਸ਼ੁਰੂ ਹੋਈ ਜਿਉਂ ਹੀ ਧੁੱਪ ਨਿਕਲੀ ਤਾਂ ਬੱਦਲ ਖਿੰਡਣੇ ਸ਼ੁਰੂ ਹੋ ਗਏ ਪਰ ਨਾਲ ਨਾਲ ਹਵਾ ਵੀ ਵਗਦੀ ਰਹੀ ਮੌਸਮ ਪ੍ਰਮਾਰ ਕਹਿੰਦੇ ਆ ਕਿ ਮੌਸਮ ਤੇ ਹਾਲੇ ਕੋਈ ਯਕੀਨੀ ਇਹ ਮੌਸਮ ਬੇਯਕੀਨ ਹੈ ਤੇ ਫਸਲਾਂ ਵਾਸਤੇ ਜਿਹੜੀ ਹਵਾ ਵਗਦੀ ਹੈ ਤੇ ਬੱਦਲ ਹੁੰਦੇ ਆ ਇਹ ਤੇਲਾ ਲੈ ਕੇ ਆਉਂਦੇ ਆ ਕਿਉਂਕਿ ਹੁਣ ਕਣਕਾਂ ਦੀ ਫਸਲ ਪੱਕਣ ਕਿਨਾਰੇ ਆਈ ਖੜੀ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਭ ਸ਼੍ਰੀ ਅਕਾਲ